ਸਾਰੀਆਂ ਜਾਤਾਂ ਰਲਾ ਲਈਆਂ। ਲੈ ਗੁੱਜਰ ਬਣਨਾ ਆਸਾਨ ਹੈ। ਅੱਛਾ ਜੀ, ਬੰਦਾ 10 ਦਿਨ ਨਾ ਨਹਾਵੇ ਤੇ ਗੁੱਜਰ ਬਣ ਜਾਂਦਾ। ਇਹ ਖੋਲ ਕੌਮ ਹੈ। ਕਿਹੜੀ ਭਲਾ? ਜੱਟ। ਹਾਂ, ਰੱਜੇ ਹੋਣ ਤੇ ਕੁੱਟਣ ਲੱਗ ਪੈਂਦੇ, ਭੁੱਖੇ ਹੋਣ ਤੇ ਲੁੱਟਣ ਲੱਗ ਪੈਂਦੇ। ਇਹ ਤਾਂ ਹੈ। ਹੋਰ ਮੇਰਾ ਦੁੱਧ ਆਇਆ ਜੀ, ਮੈਂ ਫੈਸਲਾਬਾਦ ਤੋਂ ਮੇਰਾ ਦੁੱਧ ਆਉਂਦਾ। ਅੱਛਾ, ਹੀਰਾ ਗੁੱਜਰ ਵਾਸਤੇ ਆਉਂਦਾ 2276 ਤੇ। ਅੱਛਾ, ਇੱਥੇ 7:30 ਪਹੁੰਚ ਜਾਂਦਾ। ਲੇਕਿਨ ਗੁੱਜਰ ਜੀ, ਤੁਹਾਡਾ ਦੁੱਧ ਹੁੰਦਾ ਜਾਣ ਡਿਆ ਮਹਿੰਗਾ। ਉਸਤਾਦ ਨੇ ਮੈਨੂੰ ਕਿਹਾ ਸੀ ਕਿ ਦਿਹਾਤੇ ਗੁੱਜਰ ਕੋ ਹੁਣ ਦੁੱਧ ਲੈਣਾ ਬੰਦ ਕਰ ਦੇ। ਕਿਉਂ? ਉਹ ਮਹਿੰਗਾ ਦੁੱਧ ਦਿੰਦਾ ਯਾਰ, 250 ਦਾ ਤੂੰ ਦਿੰਦਾ, ਉਹ 300 ਦਾ ਅਸੀਂ ਵੇਚਨੇ ਆ, ਸਾਨੂੰ ਕੀ ਬਚਦਾ ਯਾਰ? 50 ਰੁਪਏ ਬਚਦੇ ਆ। ਓਏ ਵਿੱਚ ਵੇਖ ਤੇ ਸਹੀ, ਗਰਮ ਕਰਕੇ ਮੈਂ ਪਾਣੀ ਵੀ ਨਹੀਂ ਪਾਉਂਦਾ। ਅੱਛਾ, 10 ਮੱਝਾਂ ਮੇਰੇ ਕੋਲ। ਅੱਛਾ, ਇੱਕ ਸੰਡਾ। ਉਹ 10 ਮੱਝਾਂ ਤੇ ਇੱਕ ਸੰਡਾ ਕਿਉਂ? ਸੰਡਾ ਮੰਝਾਂ ਦਾ ਕਾਉਂਸਲਰ ਹੁੰਦਾ। ਅੱਛਾ, ਦੂਰੋਂ ਦੂਰੋਂ ਲੋਕੀ ਮਸਲੇ ਹੱਲ ਕਰਾਉਣ ਆਉਂਦੇ ਆ ਆਪਣੀਆਂ ਮੱਝਾਂ ਦੇ। ਹਾਂ, ਅੱਛਾ, ਬਲਕਿ ਸੰਡਾ ਇਲੈਕਟ੍ਰੀਸ਼ੀਅਨ ਹੈ। ਅੱਛਾ, ਅਗਲੀਆਂ ਲੱਤਾਂ ਚੋਕ ਕੇ ਆ ਨਾ ਬਲਬ ਲਾਉਂਦਾ, ਤੇ ਜੇ ਬਲਬ ਸਹੀ ਨਾ ਲੱਗੇ ਤੇ ਫਿਰ ਦੁਬਾਰਾ ਲਾ ਦਿੰਦਾ। ਇਹ ਬਾਤ ਤੇ ਇਹ ਮੈਂ ਕਿਹਾ। ਹਾਂਜੀ, ਇਹ ਗੁਜਰਾਂ ਨੂੰ ਤੁਸੀਂ ਈਜ਼ੀ ਲੈ ਰਹੇ ਹੋ। ਨਹੀਂ ਜੀ, ਨਹੀਂ, ਗੁਜਰ ਚੌਧਰੀ ਰਹਿਮਤ ਅਲੀ, ਗੁਜਰ 1933 ਚ ਪਾਕਿਸਤਾਨ ਦਾ ਨਾਂ ਰੱਖਿਆ। ਵਾਜਵਾ ਚੌਧਰੀ ਰਹਿਮਤ ਅਲੀ ਸਾਹਿਬ ਵਾਸਤੇ ਇੱਕ ਕਲਾਪ ਕਰੋ। ਹੋਰ ਕੋ ਸਾਡੇ ਲਾਇਕ? ਹਾਂ, ਤੂੰ ਇਹ ਦੁੱਧ ਫੜ। ਅਸ਼ਜ਼ਾਦਾ ਵਾਕਿਆ ਦੁੱਧ ਤੇਰਾ ਬਹੁਤ ਗਾੜਾ ਗੁਜਰਾ। ਹਾਂ ਹਾਂ, ਨਜ਼ਰ ਹੀ ਨਹੀਂ ਆ ਰਿਹਾ। ਅਸਲਾਮ ਅਲੈਕਮ। ਵਾਲੇਕਮ ਸਲਾਮ। ਤੁਸੀਂ ਕੌਣ? ਮੈਂ ਦੁੱਧ ਵਾਲਾ। ਨਹੀਂ, ਤੁਸੀਂ ਕੌਣ? ਪਹਿਲਾ ਦਾ ਬੰਦਾ। ਮੈਨੂੰ ਮਿਲ। ਤੁਸੀਂ ਕੌਣ? ਤੇਰੀ ਭੈਣ ਦਾ ਬੰਦਾ। ਪਾਕਿਸਤਾਨ ਦਾ ਨਾਂ ਸੀ ਗੁਜਰਾਂ ਨੇ ਰੱਖਿਆ। ਅੱਛਾ, ਹੁਣ ਜਿਹੜਾ ਜਿਹੜਾ ਸੋਹਣਾ ਪਾਕਿਸਤਾਨ ਨਾਲ ਪਿਆਰ ਕਰਦਾ ਮਾਰੋ ਕਿਲੇ। ਜੀ ਓਏ ਸੋਹਣਿਆ, ਯਾ ਅੱਲਾ ਸਭ ਦਾ ਭਲਾ ਤੇ ਸਭ ਦੀ ਖੈਰ। ਸਲਵਾਰ ਨੂੰ ਜੇਬਾਂ ਲਾਉਣ ਦੇ ਫਿੜੇ ਨੂੰ ਤੁਹਾਡਾ? ਉਹ ਮੇਰੀ ਫੁੱਫੀ ਦੀ ਸਲਵਾਰਾਂ ਨੂੰ ਜੇਬ ਮੈਂ ਆਪ ਲਾਈਏ। ਅੱਛਾ, ਜਿੱਥੋਂ ਦੀ ਕਮਾਈ ਉੱਥੇ ਰੱਖਦੀ ਹੈ। ਚਲੋ ਵੇ ਜਗ੍ਹਾ ਖਾਲੀ ਕਰ ਦਿਓ ਆ ਵਾਲੀ ਸਾਰੀ। ਸਾਡੀ ਮੈਡਮ ਨੇ ਕਿਹਾ ਵੀ ਇਹ ਜਗ੍ਹਾ ਸਾਨੂੰ ਪਸੰਦ ਆ ਗਈ ਤੇ ਤੁਸੀਂ ਜਿਹੜਾ ਪੈਸਾ ਲੈਣਾ ਲਵੋ ਤੇ ਜਗ੍ਹਾ ਖਾਲੀ ਕਰੋ। ਚਲੋ ਓਏ ਭੈਣ ਬਦਮਾਸ਼, ਵੇ ਨਖੱਤਰੀ ਦੇ ਆ, ਤਾਰਾ ਤੋਂ ਖਰਾਬ ਬਣਾ ਆਇਆ, ਬੜੀਆਂ ਗੱਲਾਂ ਲੈ ਕੇ ਲੱਗੋ ਕਿ ਨਿਕਲੇ ਆ। ਜੋ ਵੀ ਇਹ ਜਗ੍ਹਾ ਖਾਲੀ ਕਰੋ ਵੇ। ਜੋ ਵੇ ਤੈਨੂੰ ਤੁਮਾਰਾ ਜਾਂਦੇ ਨਿਕਲੇ ਵੇ, ਅੱਜ ਧੱਕੇ ਮਾਰ ਰਹੇ। ਹਾਂ, ਯਾਦ ਕਰ ਜਦੋਂ ਧੱਕੇ ਨਾ ਮਾਰਨਾ ਸੀ। ਉਹ ਤੇ ਅਸਤੀ ਕਰ ਰਹੇ ਤੁਸੀਂ। ਓਏ ਚਲੇ ਨਿਕਲ ਇਥੋਂ, ਨਹੀਂ ਤਾਂ ਮੈਂ ਗੋਲੀ ਮਾਰ ਦਿਆਂਗਾ। ਹੀ ਵੇ ਅੱਜ ਗੋਲੀ ਮਾਰ ਰਹੇ ਹਾਂ। ਹਾਂ, ਯਾਦ ਕਰ ਜਦੋਂ ਗੋਲੀ ਖਾ ਕੇ ਮਾਰਨਾ ਸੀ। ਕੱਤੀ ਦਿਆ ਬੱਚਿਆ, ਬਾਜ਼ ਆ ਜਾ ਆਪਣੀ ਹਰਕਤਾਂ ਤੋਂ, ਨਹੀਂ ਤਾਂ ਮੈਂ ਚੁੱਕ ਕੇ ਫੱਟੇ ਤੇ ਮਾਰਨਾ ਹੀ। ਪਹਿਲੇ ਤੇ ਫੱਟੇ ਚੁੱਕ ਦਿੰਨਾ ਸਾ ਤੂੰ ਮੇਰੇ। ਉਹ ਤੂੰ ਕੀ ਚਾਹੁੰਦੀ ਐ? ਨਹੀਂ ਓਏ ਓਏ ਪਰਮਾਤਮਾ ਮੇਰੇ ਆ, ਕੀ ਦੱਸ ਕੀ ਚਾਹੁੰਦਾ ਹੈ? ਮੈਡਮ ਨੇ ਕਿਹਾ ਬਸ ਉਹਨਾਂ ਨੂੰ ਇਹ ਜਗ੍ਹਾ ਪਸੰਦ ਆ ਗਈ, ਤੁਸੀਂ ਜਿਹੜੇ ਪੈਸੇ ਪੂਸੇ ਲੈਣੇ ਆ ਆਪਣੇ ਮਾਲਕਾਂ ਨੂੰ ਕਹੋ। ਪਿੱਛੇ ਤੇਰੀ ਮੈਡਮ, ਸਾਡਾ ਮਾਲਕ, ਮੇਰਾ ਮਾਲਕ, ਮਾਲਕ ਇਹ ਜਗ੍ਹਾ ਦਾ ਮਾਲਕ ਏ। ਕਿਹੜਾ ਮਾਲਕ ਹੈ? ਉਹਨੂੰ ਕਹੋ ਦੱਸੋ ਪੈਸੇ ਕਿੰਨੇ ਲੈਣੇ ਲਵੋ। ਉਹ ਭਲਵਾਨ ਜੀ, ਗੱਲ ਪਤਾ ਕੀ ਹੈ, ਸਾਡਾ ਉਸਤਾਦ ਇੱਥੇ 80 ਸਾਲਾਂ ਤੋਂ ਬੈਠਾ, ਪਹਿਲੇ ਉਹਦੇ ਮਾਲਕ ਸਾਹਿਬ ਕਰਦੇ ਸੀ, ਹੁਣ ਉਹ ਬੈਠਾ ਹੈ, ਅਸੀਂ ਉਹਦੇ ਸ਼ਾਗਿਰਦਾਂ, ਅਸੀਂ ਆਪਣਾ ਕਾਰੋਬਾਰ ਛੱਡ ਕੇ ਕਿੱਥੇ ਜਾਵਾਂਗੇ? ਤੇ ਮੇਰੇ ਉਸਤਾਦ ਦਾ ਆਪਣਾ ਘਰ ਹੈ, ਆਪਣੀ ਜਗ੍ਹਾ ਕਿਉਂ ਵੇਚੀ, ਅਸੀਂ ਕਿਉਂ ਖਾਲੀ ਕਰੀਏ? ਮੇਰਾ ਕਿਹਾ ਤੁਹਾਨੂੰ ਮੇਰੀ ਗੱਲ ਦੀ ਸਮਝ ਨਹੀਂ ਆਉਂਦੀ, ਫਿਰ ਇਹ ਰਿਹਾ। ਹਾਂਜੀ, ਦੱਸ ਇਹਨਾਂ ਨੂੰ ਕੀ ਕੌਣ ਹੈ? ਆਪਣੀ ਜ਼ਿੰਦਗੀ ਚਾਹੁੰਦੇ ਹੋ? ਲੋ, ਅਗਲਾ ਕਹਿੰਦਾ ਆਪਣੀ ਦੇਣਾ ਚਾਹੁੰਦੇ ਆ। ਇਹ ਤੇਰਾ ਬਦਮਾਸ਼ ਹੀ ਦੇਣਾ ਚਾਹੁੰਦਾ, ਅਸੀਂ ਨਹੀਂ ਦੇਣਾ ਚਾਹੁੰਦੇ।
ਰਣ ਲੈਣਾ ਚਾਹੁੰਦੇ ਆ, ਆਪਣੀ ਜ਼ਿੰਦਗੀ ਚਾਹੁੰਦੇ ਆ, ਅਸੀਂ ਨਹੀਂ ਦੇਣਾ ਚਾਹੁੰਦੇ, ਨਹੀਂ ਦੇਣਾ ਚਾਹੁੰਦੇ, ਆਪਣੀ ਜ਼ਿੰਦਗੀ ਚਾਹੁੰਦੇ ਆ। ਨਹੀਂ ਭਾਜੀ ਕਾਰੋਬਾਰ ਛੱਡ ਕੇ ਕਿੱਥੇ ਜਾਵਾਂਗੇ? ਨਹੀਂ ਤੇ ਮੈਂ ਤੁਹਾਨੂੰ ਤੱਤੇ ਕਰ ਦੇਵਾਂਗਾ। ਕੀ ਕਰ ਦੇਗਾ? ਮੈਂ ਤੁਹਾਨੂੰ ਤੱਤੇ ਕਰ ਦੇਵਾਂਗਾ, ਅਸੀਂ ਪਹਿਲੇ ਤੱਤੇ ਆ। ਮੈਂ ਟੋਲੀ ਉੱਥੇ ਮਾਣਾ ਜਿੱਥੋਂ ਛਾਣੀ ਨਾ ਅੰਦਰ ਥਲੇ ਤੇ। ਤੁਹਾਨੂੰ ਸਮਝ ਆ ਰਹੀ ਹੈ ਕਿ ਨਹੀਂ? ਫਿਰ ਤੁਸੀਂ ਅਗਰ ਆਪਣੇ ਪਿਓ ਦਾ ਦੁੱਧ ਪੀਤਾ ਨਾ ਇੱਥੇ ਹੀ ਰਹਿਣਾ। ਪਿਓ ਦਾ ਦੁੱਧ ਕਿਹੜਾ ਹੁੰਦਾ? ਉਹ ਦੁਕਾਨ ਵਾਲੇ ਨੂੰ ਜਿਹੜੀ ਡੱਬਾ ਨੂੰ ਹੱਥ ਪਾਈ ਅਗਲਾ ਕਹਿੰਦਾ ਰੱਖ ਤੇਰੇ ਪਿਓ ਦਾ। ਉਹ ਸਮਝ ਨੀ ਆ ਰਹੀ, ਮੈਡਮ ਹੀ ਆਣ ਕੇ ਇਹਨਾਂ ਨੂੰ ਆਉਂਦੀਆਂ ਸਾਲੀਆਂ ਇੰਜੀ ਜਿਵੇਂ ਸਾਹੀਵਾਲ ਦਰਸ਼ ਤੇ ਆਈਆਂ ਮੇਰੇ ਤੇ 2 ਮਿੰਟ ਬਾਅਦ ਤੇ ਦੇ ਮੈਨੂੰ ਪਤਾ ਤੂੰ ਪੈਂਪਰ ਨੀ ਲਾਇਆ ਉਠਾਇਆ ਜਾ, ਮੈਂ ਤੇਰੇ ਘਰੋਂ ਆਇਆ। ਆਪਣੀ ਬੀਬੀ ਨੂੰ ਕਹਿੰਦਾ ਯਾਰ ਤੈਨੂੰ ਸਭ ਤੋਂ ਜ਼ਿਆਦਾ ਸਕੂਨ ਦੀ ਨੀਂਦ ਕਿੱਥੇ ਆਉਂਦੀ? ਉਹ ਕਹਿੰਦੀ ਯਾਰ ਨੂੰ ਤੁਹਾਡੇ ਨਾਲ ਬਾਕੀ ਦਾ ਤਾਂ ਕੋਈ ਬੰਦਾ ਸੌਣ ਹੀ ਨਹੀਂ ਦਿੰਦਾ। ਉਰਦੂ ਮੇ ਪੇਸ਼ ਖਿਦਮਤ ਹੈ, ਪੇਸ਼ ਕਰੇ।
ਯਾ ਔਰ ਉਸਕੇ ਬਾਅਦ ਦੋਨੋਂ ਵੈਗਨ ਮੇਂ ਬੈਠ ਗਏ। ਯੇ ਅਗਲੀ ਸੀਟ ਪੇ ਬੈਠ ਗਿਆ, ਇਸਕਾ ਭਾਈ ਪਿਛਲੀ ਸੀਟ ਪੇ ਬੈਠ ਗਿਆ। ਕੰਡਕਟਰ ਨੇ ਆ ਕੇ ਇਸੇ ਕਿਹਾ ਕਿਰਾਇਆ ਦੋ, ਇਸਨੇ ਕਿਹਾ ਪੀਛੇ ਸੇ ਲੈ ਲਓ। ਉਹ ਕਹਿੰਦਾ ਨਾ ਸੋਹਣਿਆ ਮੈਂ ਕਿਰਾਇਆ ਹੀ ਲੈਣਾ।